ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਜੀ ਵਾਸੀ ਸਰਿਆਲੇ ਦਾ ਜੀ, ਇਹਦਾ ਜਿਹੜਾ ਕੱਲ 7 ਵਜੇ ਇਹਦੇ ਘਰੇ ਇੰਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ 4-5 ਸਾਥੀ ਹੋਰ ਸੀ ਅਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ, ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ। ਅਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਸੀ ਰਣਵੀਰ ਸਿੰਘ, ਉਹਨਾਂ ਦੇ ਬਿਆਨ 'ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਅਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ 3 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਨਾਲ ਉਹਨਾਂ ਤੋਂ ਜਿਹੜੇ ਰਿਵਾਲਵਰ ਬਰਾਮਦ ਕਰ ਲਿਆ ਅਤੇ ਇੱਕ ਆਪਣਾ ਕਾਰ ਬਰਾਮਦ ਕਰ ਲਈ ਆ ਅਤੇ ਇਹਨਾਂ ਦੇ ਵਿਰੁੱਧ ਐਫ ਆਈ ਆਰ ਨੰਬਰ 93 ਦਰਜ ਕੀਤੀ ਹੈ 26-9 ਅਤੇ 100 ਧਾਰਾ 103 190 191 333 ਬੀ ਐਨ ਐਸ ਆਰ ਮੈਂ ਦਰਜ ਕੀਤੀ। ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਖਲਾਫ ਜਿਹੜਾ ਪਰਚਾ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ ਅਤੇ ਜਿਹੜੇ ਆਪਣਾ ਇਹ ਗ੍ਰਿਫਤਾਰ 3 ਕਰ ਲਏ। ਮੁੱਖ ਦੋਸ਼ੀ ਜਿਹੜਾ ਮੇਨ ਦੋਸ਼ੀ ਜਿਹਨੇ ਆਪਣਾ ਫਾਇਰ ਮਾਰਿਆ ਅਮਰਪ੍ਰੀਤ ਸਿੰਘ ਫੌਜੀ ਅਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਸੀ ਅਤੇ ਇੱਕ ਆਪਣਾ ਜਗਨਪ੍ਰੀਤ ਆ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾਂ ਤੋਂ। ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋਲ ਸਕੂਲ ਦੇ ਵਿੱਚ ਕੋਈ ਬੱਚਾ ਬੱਚਿਆਂ ਨੂੰ ਲੜਦਾ ਸੀ, ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਭਗਵੰਤ ਸਿੰਘ ਨੇ ਵੀ ਇਸ ਤਰ੍ਹਾਂ ਨਾ ਕਰਿਆਗਾ ਇਸ ਗੱਲ। ਹਾਂਜੀ ਹਾਂਜੀ ਹੋਇਆ, ਨਹੀਂ ਅਜੇ ਛਾਪੇਮਾਰੀ ਕਰ ਰਹੇ, ਉਹਨਾਂ ਨੂੰ ਕਰ ਲਾਂਗੇ ਜਲਦੀ ਗ੍ਰਿਫਤਾਰ। ਟੋਟਲ 3 ਦੋਸ਼ੀ ਗ੍ਰਿਫਤਾਰ ਹੋਏ, ਇਹਨਾਂ ਚ ਕਿਹੜੇ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ, ਦਲੇਰ ਸਿੰਘ ਜਿਹੜਾ ਇਹਦੇ ਬਰਖਲਾਫ 326 ਦਾ ਮੁਕੱਦਮਾ ਵੀ ਦਰਜ ਹੈ ਆਪਣਾ ਮਜੀਠੇ ਥਾਣੇ। ਨਹੀਂ ਉਹਦਾ ਨਹੀਂ ਕੋਈ ਸਾਬਕਾ ਫੌਜੀ ਐਕਸ਼ਨ ਆਪਣਾ, ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ ਅਤੇ ਸੁਬਹਾ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਲਾਇਸੈਂਸ ਜਿਹੜਾ ਇਹਦਾ ਕੈਂਸਲ ਕਰਨ ਲਈ ਭੇਜਾਂਗੇ। ਸਰ ਇਹ ਜਿੰਨਾ ਵੀ ਇੰਸੀਡੈਂਟ ਹੋਇਆ ਇਹਦੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫਤੀਸ਼ ਹੋਈ ਕੀਤੀ ਆ ਉਹ ਕੀ ਰਹੀ ਹੈ ਦੱਸ ਸਕਦੇ? ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਅਤੇ ਅਗਲੀ ਕਾਰਵਾਈ ਜੋ ਵੀ ਅਮਲ 'ਚ ਲਿਆਵਾਂਗੇ। ਸਰ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਲੀਟੇ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੱਸ ਰਹੇ ਜੀ, ਕਿਸ ਕਾਰਨ? ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਹੋਇਆ ਹੋਰ ਕਿਸੇ ਨਾਲ। ਉਹ ਅਸੀਂ ਵੈਰੀਫਾਈ ਕਰਦੇ ਹਾਂ ਕਿ ਜੋ ਵੀ ਆਪਣਾ ਦੋਸ਼ੀ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊ। ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਜੀ ਵਾਸੀ ਸਰਿਆਲੇ ਦਾ ਸੀ, ਇਹਦਾ ਜਿਹੜਾ ਕੱਲ 7 ਵਜੇ ਇਹਦੇ ਘਰੇ ਇੰਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ 4-5 ਸਾਥੀ ਹੋਰ ਸੀ ਅਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ, ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ। ਅਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਸੀ ਰਣਵੀਰ ਸਿੰਘ, ਉਹਨਾਂ ਦੇ ਬਿਆਨ 'ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਅਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ 3 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਅਤੇ ਨਾਲ ਉਹਨਾਂ ਤੋਂ ਜਿਹੜੇ ਰਿਵਾਲਵਰ ਬਰਾਮਦ ਕਰ ਲਿਆ ਅਤੇ ਇੱਕ ਆਪਣਾ ਕਾਰ ਬਰਾਮਦ ਕਰ ਲਈ ਆ ਅਤੇ ਇਹਨਾਂ ਦੇ ਵਿਰੁੱਧ ਐਫ ਆਈ ਆਰ ਨੰਬਰ 93 ਦਰਜ ਕੀਤੀ ਹੈ 26-9 ਅਤੇ 100 ਧਾਰਾ 103 190 191 333 ਬੀ ਐਨ ਐਸ ਆਰ ਮੈਂ ਦਰਜ ਕੀਤੀ। ਕਿੰਨੇ ਦੋਸ਼ੀ ਸੀਗੇ ਤੇ ਕਿੰਨੇ ਗ੍ਰਿਫਤਾਰ ਹੋਏ ਤੇ ਕਿੰਨੇ ਹਥਿਆਰ ਬਣੇ ਤੇ ਸਾਰਿਆਂ ਦਾ ਇਤਿਹਾਸ?
ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਖਿਲਾਫ਼ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਏ ਉਹਨਾਂ ਨੇ, ਅਤੇ ਜਿਹੜੇ ਆਪਣਾ ਇਹ ਗ੍ਰਿਫਤਾਰ 3 ਕਰ ਲਏ। ਮੁੱਖ ਦੋਸ਼ੀ ਜਿਹੜਾ ਮੇਨ ਦੋਸ਼ੀ ਜਿਹਨੇ ਆਪਣਾ ਫਾਇਰ ਮਾਰਿਆ ਅਮਨਪ੍ਰੀਤ ਸਿੰਘ ਫੌਜੀ, ਅਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਸੀ, ਅਤੇ ਇੱਕ ਆਪਣਾ ਜਗਨਪ੍ਰੀਤ ਆ ਜਿਹੜਾ ਇਹ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾਂ ਤੋਂ। ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਸਕੂਲ ਦੇ ਵਿੱਚ ਕੋਈ ਬੱਚਾ ਬੱਚਾ ਨੂੰ ਲੜਦਾ ਸੀ, ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਭਗਵੰਤ ਸਿੰਘ ਨੇ ਵੀ ਇਸ ਤਰ੍ਹਾਂ ਨਾ ਕਰਿਆ। ਇਸ ਗੱਲ ਹਾਂਜੀ ਹਾਂਜੀ ਹੋਇਆ ਨਹੀਂ, ਹਜੇ ਛਾਪੇਮਾਰੀ ਕਰ ਰਹੇ, ਉਹਨਾਂ ਨੂੰ ਕਰ ਲਾਂਗੇ ਜਲਦੀ ਗ੍ਰਿਫਤਾਰ। ਟੋਟਲ 3 ਦੋਸ਼ੀ ਗ੍ਰਿਫਤਾਰ ਹੋਏ, ਇਹਨਾਂ 'ਚ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ, ਦਲੇਰ ਸਿੰਘ ਜਿਹੜਾ ਇਹਦੇ ਬਰਖਿਲਾਫ਼ 326 ਦਾ ਮੁਕੱਦਮਾ ਵੀ ਦਰਜ ਹੈ ਆਪਣਾ ਮਜੀਠੇ ਥਾਣੇ। ਨਹੀਂ ਉਹਦਾ ਨਹੀਂ ਕੋਈ ਸਾਬਕਾ ਫੌਜੀ ਐਕਸ਼ਨ ਆਪਣਾ, ਇਹਨਾਂ ਨੂੰ ਹੁਣ ਅੱਜ ਅਰੈਸਟ ਪਾਈ ਹੈ ਇਹਨਾਂ ਦੀ, ਅਤੇ ਸੁਬਹਾ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ, ਅਤੇ ਲਾਇਸੈਂਸ ਜਿਹੜਾ ਇਹਦਾ ਕੈਂਸਲ ਕਰਨ ਲਈ ਭੇਜਾਂਗੇ। ਸਰ ਇਹ ਜਿੰਨਾ ਵੀ ਇੰਸੀਡੈਂਟ ਹੋਇਆ ਇਹਦੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫਤੀਸ਼ ਕੀਤੀ ਆ ਉਹ ਕੀ ਰਹੀ ਹੈ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਅਤੇ ਅਗਲੀ ਕਾਰਵਾਈ ਜੋ ਵੀ ਅਮਲ 'ਚ ਲਿਆਵਾਂਗੇ। ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੋਰ ਕਿਸੇ ਨਾਲ। ਉਹ ਅਸੀਂ ਵੈਰੀਫਾਈ ਕਰਦੇ ਹਾਂ ਕਿ ਜੋ ਵੀ ਆਪਣਾ ਦੋਸ਼ੀ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ।